ਦੋਸਤੋ ਮੁਰਗਿਆਂ ਪਿੱਛੇ ਮਿਲਦੇ ਨੇ ਮੁੰਡੇ, ਆ ਜਿਹੜੇ ਤੁਸੀਂ ਮੁਰਗੇ ਵੇਖ ਰਹੇ ਹੋ ਇੱਥੇ ਲੋਕ ਮੁਰਗਾ ਚੜਾ ਜਾਂਦੇ ਤੇ ਮੁੰਡਾ ਲੈ ਜਾਂਦੇ ਆ। ਕਿੰਨੀ ਕੁ ਗੱਲ 'ਚ ਸੱਚਾਈ ਆ ਜੋ ਤੁਹਾਨੂੰ ਦੱਸਦਾ, ਪਹਿਲਾਂ ਮੈਂ ਥੱਲੇ ਆ ਜਾ। ਆ ਬਾਬਾ ਜੀ ਆਪਣੇ ਨਾਲ ਨੇ, ਬਾਬਾ ਜੀ ਇੱਧਰ ਆ ਜਾਓ। ਕੀ ਇਹ ਸੱਚ ਗੱਲ ਆ ਵੀ ਇੱਥੇ ਜਿਹੜਾ ਮੁਰਗਾ ਚੜਾ ਕੇ ਬੱਕਰਾ ਚੜਾ ਕੇ ਮੁੰਡਾ ਹੋ ਜਾਂਦਾ? ਹਾਂਜੀ ਪੱਕੀ ਗੱਲ ਹੈ ਇਹ। ਅੱਛਾ ਜੀ। ਆ ਸਾਡੇ ਹੁੰਦੇ 20-25 ਸਮਲਾ ਵੀ ਇਸਰੇ ਦੀਵਾਲੀ ਨੂੰ ਔਰ ਪ੍ਰੋਗਰਾਮ ਫਾਗ ਨੂੰ ਕਈ ਚੀਜ਼ ਟਾਈਮ ਨੇ ਇਹਨਾਂ ਦੇ, ਜਦੋਂ ਕਿਸੇ ਦੇ ਵਿਆਹ ਹੁੰਦਾ ਸਰਦੀ ਹੁੰਦੀ ਹੈ ਮੁੰਡੇ ਦੀ ਉਦੋਂ ਚੜਾ ਕੇ ਜਾਂਦੇ ਨੇ, ਜਾਂ ਕਿਸੇ ਨੇ ਕੋਈ ਚੀਜ਼ ਮੰਗਣੀ ਇੱਥੋਂ ਮੰਨਤ ਵੀ ਸਾਨੂੰ ਮਾਲ ਬਾਬਾ ਬੱਚਾ ਨਹੀਂ ਹੁੰਦਾ ਸਾਡੇ ਐਂ ਹੋਣਾ ਚਾਹੀਦਾ, ਪਰ ਉਹ ਚੜਾ ਕੇ ਜਾਂਦੇ ਨੇ, ਮੁਰਗਿਆਂ ਨੂੰ ਸੁੱਕ ਕੇ ਜਾਂਦੇ ਨੇ। ਮਤਲਬ ਗੱਲ ਪੱਕੀ ਹੈ ਜੀ, ਇਹ ਲੋਕ ਇਹਨਾਂ ਗੱਲਾਂ 'ਚ ਯਕੀਨ ਨਹੀਂ ਕਰਦੇ ਜੀ? ਪੱਕੀ ਆ ਗੱਲ ਇਹ, ਅਸੀਂ ਤੱਕ ਦੇਖ ਲਈ ਸਾਡੇ ਹੁੰਦੇ ਆ ਬਾਹਰਲੇ ਦੇਸ਼ਾਂ 'ਚ, ਉਦੋਂ ਬਾਹਰੋਂ ਜਿਹੜਾ ਫਰੀਦਕੋਟ ਕਿੱਥੇ ਆ, ਉੱਥੋਂ ਦੇ 2 ਡੱਬੇ ਲੱਡੂਆਂ ਦੇ ਵੰਡ ਕੇ ਆ ਕੇ ਗਿਆ ਵੀ ਸਾਡਾ ਕੰਮ ਉਰੋਂ ਬਾਬੇ ਦੀ ਸੁੱਖ ਸੁੱਖ ਨਾਲ ਕੰਮ ਬਣ ਗਿਆ, ਸਾਡਾ ਬਾਹਰਲਾ ਵੀਜ਼ਾ ਲੱਗ ਗਿਆ। ਹਾਂ ਵੀਡੀਓ ਦੇਖ ਕੇ ਸੁੱਖ ਸੁੱਖੀ ਸੀ, ਉਹਨਾਂ ਦਾ ਵੀਜ਼ਾ ਲੱਗ ਗਿਆ ਬਾਹਰਲਾ। ਤੇ ਆ ਜਿਹੜਾ ਪੀਰ ਬਣਿਆ ਹੋਇਆ, ਅੱਛਾ ਇੱਥੇ ਮੱਥਾ ਟੇਕ ਕੇ ਬਾਹਰਦੇ ਸੁੱਖ ਸੁੱਖੇ, ਉੱਥੇ ਸੁੱਖ ਸੁੱਖਰੀ ਜਿਹੜੀ ਆਪਣੀ ਆ ਗਈ ਸੀ ਵੀਡੀਓ। ਅੱਛਾ ਦੱਸੋ ਬਾਬਾ ਜੀ ਮੁਰਗੇ ਸਾਰੇ ਚਿੱਟੀ ਕਿਉਂ ਨੇ, ਚਿੱਟਾ ਮੁਰਗਾ ਹੀ ਚੜਾ ਕੇ ਮੁੰਡੇ ਮਿਲਦੇ ਆ? ਊਂ ਚਿੱਟਾ ਜੋ ਮਰਜ਼ੀ ਚੜਾ ਦੇ, ਕੋਈ ਚਿੱਟੇ ਬਾਰੇ ਨਹੀਂ। ਆ ਦੋਸਤੋ ਜਿਹੜਾ ਤੁਸੀਂ ਬੋਰਡ ਵੇਖ ਰਹੇ ਹੋ ਇਹ ਸਾਰਾ ਤੁਹਾਨੂੰ ਮੁਰਗਿਆਂ ਨਾਲ ਭਰਿਆ ਮਿਲੂਗਾ, ਕਿਉਂਕਿ ਇੱਥੇ ਮੁੰਡਾ ਆ ਮੁਰਗਾ ਚੜਾ ਜਾਂਦੇ, ਲੋਕ ਤੇ ਕਹਿੰਦੇ ਮੁੰਡਾ ਲੈ ਜਾਂਦੇ ਆ। ਕਿੰਨੀ ਗੱਲ 'ਚ ਸੱਚਾਈ ਆ ਬਾਬਾ ਜੀ ਤੋਂ ਤੁਸੀਂ ਪੁੱਛ ਲਿਆ? ਆਹ ਤੁਹਾਡੇ ਸਾਹਮਣੇ ਦੇਖਾ ਬੀਜਾ ਲੱਗਿਆ 14,000 ਰੁਪਇਆ ਆਹ ਦੇ ਕੇ ਗਿਆ ਸ਼ੈੱਡ ਵਾਲਾ। ਅੱਛਾ ਜੀ। ਉਹ ਛਤਰੀ ਲੱਗ ਰਹੀ ਆ ਪਰਲੇ ਪਾਸੇ ਦੇਖੋ ਸਾਹਮਣੇ। ਅੱਛਾ ਜੀ। ਉਹ 20,000 ਉਹਨੇ ਦਿੱਤਾ, ਇੱਥੋਂ ਤਲਵਾੜੇ ਦਾ ਬੰਦਾ ਹੈ ਉਰੇ ਦਾ। ਅੱਛਾ ਉਹਨਾਂ ਦਾ ਬੀਜਾ ਲੱਗ ਗਿਆ ਇੱਥੋਂ? ਬੀਜਾ ਲੱਗ ਗਿਆ 9,00,000। ਹਾਂ ਉਹ ਫਿਰ ਛਤਰੀ ਲਵਾ ਗਿਆ, ਮੈਨੂੰ ਕਹਿੰਦਾ ਪੈਸੇ ਲੈ ਬਾਬਾ ਤੈਨੂੰ 10,000 ਰੁਪਇਆ ਦਿੰਦੇ ਹਾਂ ਅਸੀਂ। ਮੈਂ ਯਾਰ ਦੱਸ ਮੈਂ ਕੀ ਕਰਨਾ, ਇੱਥੇ ਬਿਜਲੀ ਨਹੀਂ ਆਉਂਦੀ, ਤੁਸੀਂ ਆਹ ਛਤਰੀ ਲਵਾ ਦੇ। ਉਹਨੇ ਛਤਰੀ ਲਵਾ ਦਿੱਤੀ, ਫਿਰ ਇਸ ਕਰਕੇ ਬਈ ਜਿਹੜਾ ਆਹ ਉੱਥੇ ਜਾਂਦਾ ਨਹੀਂ ਸੀ ਬਾਹਰ, ਇਹਦਾ ਮਨ ਬਣ ਗਿਆ ਉਹਦੇ ਸੁੱਖ ਸੁੱਖ ਲਈ, ਇਹ ਫਿਰ 14,000 ਦੇ ਗਿਆ ਇਹ, ਕਹਿੰਦਾ ਵੀ ਮੇਰਾ ਵੀਜ਼ਾ ਲੱਗ ਗਿਆ ਮੈਂ ਚੜ ਗਿਆ। ਫਿਰ ਉਦੋਂ ਬਾਅਦ ਅਬੋਹਰ ਤੋਂ ਆਏ, ਇੱਧਰ ਕਈ ਥਾਂ ਤੋਂ ਆਏ ਨੇ ਪੰਜਾਬ 'ਚੋਂ, ਅੰਮ੍ਰਿਤਸਰ ਤੋਂ ਵੀ ਉਰੇ ਆਉਣੀ ਆ ਸੰਗਤ। ਹਾਂ ਇੱਧਰੋਂ ਦਿੱਲੀ, ਚੰਡੀਗੜ੍ਹ, ਆਪਣਾ ਕਾਬਰੇਲ, ਭਿਆਣੀ, ਇੱਧਰ ਤੇਰੇ ਹੋਰ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ, ਉਰੇ ਸਰਸੇ ਤੋਂ ਆਉਂਦੇ ਨੇ, ਆ ਸਰਸਾ, ਸੰਗਰੂਰ, ਪਟਿਆਲਾ, ਇਹਨਾਂ ਜਗ੍ਹਾ ਤੋਂ ਜਿਹਨਾਂ ਦੀ ਸੁੱਖ ਪੂਰੀ ਹੁੰਦੀ ਆ। ਉੱਥੇ ਚੰਡੀਗੜ੍ਹ ਤੋਂ 3 ਗੱਡੀਆਂ ਆਈਆਂ ਕਿਸੇ ਰਾਤ ਨੂੰ 3 ਵਜੇ। ਉਹ ਕਹਿੰਦੇ ਵੀ ਸਾਡਾ ਕੰਮ ਬਣ ਗਿਆ ਨੈਟ ਸੁਣ ਸਾਰੇ। ਵੀਡੀਓ ਦੇਖ ਕੇ ਸ਼ੇਅਰ ਕਰ ਦਿਓ। ਅੱਛਾ ਵੀਡੀਓ ਦੇਖ ਕੇ ਦੋਸਤੋ ਵੀਡੀਓ ਸ਼ੇਅਰ ਕਰ ਦਿਓ, ਜਿਨ੍ਹਾਂ ਨੇ ਬਾਹਰ ਜਾਣਾ ਹੈ, ਜਿਨ੍ਹਾਂ ਦਾ ਕੋਈ ਕੰਮ ਮਾੜਿਆ ਸੁੱਖ ਸੁੱਖ ਲਓ, ਕਹਿੰਦੇ ਪੂਰੀ ਹੋਊਗੀ। ਬਾਬਾ ਜੀ ਦਾ ਦਾਅਵਾ ਇਹ ਵੀ ਵੀਡੀਓ ਸ਼ੇਅਰ ਕਰਨ ਨਾਲ ਵੀ ਹੈ ਬਾਬਾ ਜੀ? ਹਾਂ ਵੀਡੀਓ ਸ਼ੇਅਰ ਕਰਨ ਨਾਲ ਉਹਦਾ ਸੁੱਖ ਸੁੱਖ ਨਾਲ ਉੱਥੋਂ ਹੀ ਆਪਣੇ ਘਰੋਂ ਹੀ ਜਿੱਥੇ ਵੀ ਖੜੇ ਹੋ ਬੈਠੇ ਹੋ। ਹਾਂ ਉਹਦੇ ਘਰ ਵਾਲੀ ਨੇ ਸੁੱਖ ਸੁੱਖੀ ਜੀ, ਜਿਹੜਾ ਫਰੀਦਾਬਾਦ ਵਜਾ ਫਰੀਦਕੋਟ ਕੀ ਇੱਧਰ ਯਾਰ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਆਇਆ ਉਹਨੇ ਲੱਡੂ ਵੰਡ ਕੇ ਗਿਆ 2 ਡੱਬੇ। ਠੀਕ ਹੈ। ਉਹਦਾ ਕਹਿੰਦਾ ਮੇਰਾ ਮੇਰੇ ਘਰ ਵਾਲੀ ਨੇ ਸੁੱਖ ਸੁੱਖ ਲਈ, ਜਦੋਂ ਨੈਟ 'ਤੇ ਸੁਣੀ ਆਪਣੀ ਰੀਲ, ਉਹਨਾਂ ਆਉਂਦੀਆਂ ਸਾਡਾ ਕੰਮ ਬਣ ਗਿਆ, ਕਹਿੰਦਾ ਅੜਿਆ ਪਿਆ ਸੀ ਕੰਮ। ਖੁਰਕ ਲੱਗੀ ਆ ਕਿਸੇ ਨੂੰ, ਕਹਿੰਦੇ ਕੈਂਸਰ ਆ ਚਾਹੇ ਕੈਂਸਰ ਵੀ ਠੀਕ, ਹਾਂ ਕੈਂਸਰ ਦੀ ਬਿਮਾਰੀ ਵੀ ਠੀਕ ਹੁੰਦੀ ਹੈ, ਕੋਈ ਬਿਮਾਰੀ ਅਲਗਵਾ ਹੋਰ ਜੇ ਸੱਚੇ ਮਨ ਨਾਲ ਸੁੱਖ ਸੁੱਖੋਗੇ। ਬੀਜਾ ਲੱਗ ਜੂਗਾ, ਇਹ ਤੁਸੀਂ ਸੁੱਖ ਸੁੱਖ ਲਓਗੇ। ਆ ਸਾਹਮਣੇ ਇੱਕ ਦਰਖਤ ਹੈ, ਇਸ ਨੂੰ ਖੰਡ ਲੱਗਦੀ ਹੈ। ਹਾਂ ਤੇ ਵੀਡੀਓ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ, ਤੇ ਆ ਜਿਹੜਾ ਤੁਸੀਂ ਪੀਰ ਵੇਖ ਰਹੇ ਹੋ ਸੁੱਖ ਸੁੱਖ ਲਓ, ਵੀਡੀਓ ਸ਼ੇਅਰ ਕਰ ਦਿਓ ਇਸ ਤਰੀਕੇ ਨਾਲ ਤੁਹਾਡੇ ਲਵੇ। ਜੇ ਕਹਿੰਦੇ ਮੁੰਡਾ ਨਹੀਂ ਤਾਂ ਮੁੰਡਾ ਹੋਜੂਗਾ, ਜੇ ਤੁਹਾਡਾ ਬਾਹਰਲੇ ਜਾਣ ਦਾ ਕਿਤੇ ਵੀਜ਼ਾ ਅਟਕਿਆ ਹੋਇਆ ਤਾਂ ਵੀਜ਼ਾ ਲੱਗ ਜੂ, ਜੇ ਕੋਈ ਤੁਹਾਡੇ ਸਰੀਰ ਨੂੰ ਬਿਮਾਰੀ ਹੈ ਤਾਂ ਬਿਮਾਰੀ ਦੂਰ ਹੋਜੂ। ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਇਹ ਪੁਰਾਣੇ ਜ਼ਮਾਨੇ ਦੇ ਜਿਹੜੇ ਥਾਂ ਹੈ, ਆਪਾਂ ਕਹਿ ਦਈਏ ਤਕਰੀਬਨ 300-400 ਸਾਲ ਪੁਰਾਣੀ, ਪੁਰਾਣੇ ਬਜ਼ੁਰਗਾਂ ਦੀ ਹੈ ਨਾ, ਪੁਰਾਣੇ ਸਾਧਾਂ ਫਕੀਰਾਂ ਦੀ ਜਿਹੜੀ
ਗੁਰੂਆਂ ਪੀਰਾਂ ਦੀ ਧਰਤੀ ਹੈ, ਕੋਈ ਐਸੀ ਵੈਸੀ ਜਗ੍ਹਾ ਨਹੀਂ ਹੈਗੀ। ਤਾਂ ਦੋਸਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ।